ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ। ਅਗਰ ਤੁਸੀਂ ਮੇਰਾ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਅਤੇ ਧੰਨਵਾਦ ਹੈ ਮੇਰੀ ਵੀਡੀਓ ਨੂੰ ਚੂਜ਼ ਕਰਨ ਲਈ ਕਿ ਤੁਸੀਂ ਮੇਰੇ ਚੈਨਲ 'ਤੇ ਆਇਓ। ਸੋ ਅੱਜ ਆਪਾਂ ਇੱਕ ਫਿਰ ਤੋਂ ਗਾਣੇ ਡਾਇਰੈਕਸ਼ਨ ਦੇਣ ਜਾ ਰਹੇ ਹਾਂ। ਭਾਰੀ ਫਰਮਾਇਸ਼ 'ਤੇ ਬਹੁਤ ਪਿਆਰ ਦਿੱਤਾ ਪਹਿਲੀ ਵੀਡੀਓਜ਼ ਨੂੰ, ਅਗਰ ਤੁਸੀਂ ਨਹੀਂ ਦੇਖੇ ਤਾਂ ਚੈਨਲ 'ਤੇ ਜਾ ਕੇ ਜ਼ਰੂਰ ਲਾਜ਼ਮੀ ਚੈੱਕ ਕਰ ਸਕਦੇ ਹੋ। ਵੀਡੀਓ ਹੈਗੀ ਜੀ ਕੋਕ ਸਟੂਡੀਓ ਪਾਕਿਸਤਾਨ ਤੋਂ, ਅਤੇ ਉਹਨਾਂ ਦੇ ਚੈਨਲ ਤੋਂ ਮੈਂ ਦੋ ਗਾਣੇ ਡਾਇਰੈਕਸ਼ਨ ਦੇ ਚੁੱਕੇ ਹਾਂ, ਮਗਰੋਂ ਲਾ ਤੂੰ ਅਤੇ ਇੱਕ ਹੋਰ ਗਾਣਾ ਸੀ ਪਹਿਲੇ ਵਾਲਾ ਆਈ ਆਈ। ਸੋ ਦੇਖ ਸਕਦੇ ਹੋ ਦੋਨਾਂ ਦੇ ਰਿਐਕਸ਼ਨ ਥੱਲੇ ਹੈਗਾ, ਚੈਨਲ ਦਾ ਲਿੰਕ ਵਿੱਚ ਜਾ ਕੇ ਚੈੱਕ ਕਰ ਸਕਦੇ ਤੁਸੀਂ। ਸੋ ਅੱਜ ਗਾਣਾ ਜਿਹੜਾ ਲੈ ਕੇ ਆਏ ਬਈ ਫਰਮਾਇਸ਼ 'ਤੇ ਉਹ ਹੈਗਾ 2 AM। ਸੋ ਆਹ ਸਭ ਤੋਂ ਪਹਿਲੇ ਫਰਮਾਇਸ਼ ਆਈ ਸੀ, ਸੋ ਸਭ ਤੋਂ ਲੇਟ ਫਰਮਾਇਸ਼ ਪੂਰੀ ਕਰ ਰਹੇ ਹਾਂ ਅਤੇ ਦੇਰ ਇੱਧਰ ਉਸ ਤਾਂ ਇਹ ਕਹਿੰਦੇ ਆ ਨਾ। ਸੋ ਵਿਦਾਊਟ ਦੇਰੀ ਕਿਤੇ ਪਹਿਲਾਂ ਆਪਾਂ ਗਾਣੇ ਦੇ ਬਾਰੇ ਗੱਲ ਕਰ ਲਈਏ ਕਿ ਕੋਕ ਸਟੂਡੀਓ ਪਾਕਿਸਤਾਨ ਨੇ ਬਣਾਇਆ ਹੈ ਸੀਜ਼ਨ 15 ਦਾ, ਸਟਾਰ ਸ਼ਾਹ ਅਤੇ ਜਸ਼ਨ ਅਲੀ ਦਾ। ਸਟਾਰ ਸ਼ਾਹ ਦਾ ਜਿੱਥੇ ਤੱਕ ਮੈਨੂੰ ਪਤਾ ਪੁੱਠੀ ਟੋਪੀ ਗੈਂਗ ਦੇ ਗਾਣੇ ਦੇ ਵਿੱਚ ਮੈਂ ਸ਼ਾਇਦ ਉਹਨਾਂ ਨੂੰ ਦੇਖਿਆ ਅਤੇ ਉਹਨਾਂ ਨੇ ਗਾਣੇ ਨੂੰ ਕਾਫੀ ਰਿਐਕਸ਼ਨ ਦਿੱਤੀ। ਅਗਰ ਨਹੀਂ ਦੇਖੀ ਤਾਂ ਪੂਰੀ ਪਲੇਲਿਸਟ ਪਈ ਹੈ ਪੁੱਠੀ ਟੋਪੀ ਗੈਂਗ ਦੀ, ਉਹ ਵੀ ਚੈੱਕ ਕਰ ਸਕਦੇ ਹੋ। ਹੋਰ ਵੀ ਵੀਡੀਓਜ਼ ਹੈਗੀਆਂ ਜੋ ਤੁਹਾਨੂੰ ਪਸੰਦ ਆ ਸਕਦੀ, ਚੈਨਲ ਨੂੰ ਲਾਜ਼ਮੀ ਜਾ ਕੇ ਸਬਸਕ੍ਰਾਈਬ ਵੀ ਕਰੋ ਅਤੇ ਵੀਡੀਓਜ਼ ਵੀ ਹੋਰ ਜਾ ਕੇ ਦੇਖੋ ਕਿ ਪਤਾ ਕੋਈ ਪਸੰਦ ਆ ਜਾਏ। ਸੋ ਵਿਦਾਊਟ ਔਰ ਬਕਵਾਸ ਕੀਤੇ ਮੈਂ ਗਾਣੇ ਦੇ ਰਿਐਕਸ਼ਨ 'ਤੇ ਜਾਣਾ, ਗਾਣਾ ਸਟਾਰਟ ਕਰੀਏ, ਬੋਰ ਨਹੀਂ ਕਰਨਾ ਚਾਹੁੰਦਾ ਤੁਹਾਨੂੰ। ਸੋ ਕਰੀਏ 2 AM, ਅਸੀਂ ਇਸ ਟਾਈਮ 2 AM ਨਹੀਂ ਹੋਇਆ, 2 PM ਹੋਇਆ, ਲੇਕਿਨ 2 AM ਦਾ ਗਾਣਾ ਚਲਾ ਲਗਾ। ਲੈਟਸ ਸਟਾਰਟ ਗਾਇਸ। ਕੋਕ ਸਟੂਡੀਓ ਸੀਜ਼ਨ 15। ਇਹ ਰਾਤ ਦੇ 2 AM, ਅਸੀਂ ਦਿਨ ਦੇ 2 ਦੁਪਹਿਰ ਵਾਲੇ 2 PM ਤੇ ਬੈਠੇ। ਅੱਛਾ ਵੀਡੀਓ ਵੀ, ਵਾਹ ਵਾਹ, ਅੱਧੀ ਰਾਤ ਡਰਾਵਣਾ ਗਾਣਾ ਤਾਂ ਨਹੀਂ ਬਈ? ਸਟਾਰ ਸ਼ਾਹ ਜਸ਼ਨ ਅਲੀ। ਧੋਖਾ ਹਰ ਪਾਸੇ, ਦਿਲਾਂ ਵਿੱਚ ਚੋਰ ਰੱਖਦੇ ਨੇ ਬੁਲੀਆਂ ਤੇ ਝੂਠੇ ਹਾਸੇ। ਹਾਏ ਧੋਖਾ ਹਰ ਪਾਸੇ, ਦਿਲਾਂ ਵਿੱਚ ਚੋਰ ਰੱਖਦੇ ਨੇ ਬੁਲੀਆਂ ਤੇ ਝੂਠੇ ਹਾਸੇ। ਦੁਖੀ ਨਫ਼ਰਤ ਦੀ ਕੋਈ ਐਕਸਪਾਇਰੀ ਹੋਣੀ ਚਾਹੀਦੀ, ਸੱਚੀਆਂ ਮੁਹੱਬਤਾਂ ਦੀ ਕੋਈ ਡਾਇਰੀ ਹੋਣੀ ਚਾਹੀਦੀ। ਸਹੀ ਗੱਲ ਹੈ। ਮੁਜਸਮੇ ਬਣਾ ਕੇ ਖੜੇ ਕਰੋ ਲੈਲਾ ਮਜਨੂ ਦੇ ਪੂਰੇ ਸ਼ਹਿਰ 'ਚ, ਡਿਫਰੈਂਟ ਤਰੀਕਾ ਕਿਤਾ ਸੱਚੇ ਆਸ਼ਕਾਂ ਦੀ ਯਾਦ ਵਿੱਚ ਸ਼ਾਇਰੀ ਹੋਣੀ ਚਾਹੀਦੀ। ਰੂਹਾਂ ਵਾਲੇ ਪਿਆਰ ਜਿਹੜੇ ਕਰਦੇ ਸੀ ਲੋ ਜਿਸਮਤ ਪਰ ਸਿਰ ਤੱਕ ਬਲ ਵੀਡੀਓ ਜਿਹਨੇ ਬਣਾਈ ਆ ਤਾਂ ਬਣਾਈ ਹੈ। ਉਹ دیਵਾਨੇ ਬੁੱਝ ਗਏ ਸਾਰੇ, ਉਹ ਪਰਵਾਨੇ ਬਣ ਗਿਆ ਚਾਇਸ ਤੇ ਪਿਆਰ ਇੱਕ ਜੋ ਕਨਸੈਪਟ ਤਗੜਾ ਹੈ। ਸੇਂਜ ਰੱਖਣਾ ਮੈਂ ਗੱਲ ਕਰਾਂ ਸਟ੍ਰੇਟ, ਪਿਆਰ ਤੇ ਰਹਿ ਗਿਆ ਏ ਬਸ ਗਿਵ ਐਂਡ ਟੇਕ, ਦਿਲਾਂ ਦੀ ਸੌਦੇਬਾਜ਼ੀ ਬਣ ਗਿਆ ਸੀ। ਇੱਥੇ ਸ਼ਕਲਾਂ ਨੇ ਸੋਹਣੀਆਂ ਪਰ ਦਿਲ ਸਾਰੇ ਫੇਕ, ਆਦਤ ਪੈ ਗਈ ਪੈਸੇ ਖਾਣ ਦੀ, ਤੱਕੇ ਦੀ ਨਾ ਰਹੀ ਕੀਮਤ ਜਾਣ ਦੀ। ਇਸ ਦੁਨੀਆ ਤੇ ਕਿਵੇਂ ਮੈਂ ਯਕੀਨ ਕਰਾਂ, ਘੁੰਮਦਾ ਸ਼ੈਤਾਨ ਪਾ ਕੇ ਖਲ ਇਨਸਾਨ ਦੀ। 16 ਨੇ ਸੱਚ ਗੱਲ ਬੋਲੀ ਹੈ। ਹਾਊ ਡਿਡ ਯੂ ਨੋ, ਹਾਊ ਡਿਡ ਯੂ ਨੋ, ਧੋਖਾ ਹਰ ਪਾਸੇ। ਹਾਂ, ਹੁਣ ਮਤਲਬ ਸਮਝ ਆਇਆ ਗੱਲ ਦਾ। ਰੱਖਦੇ ਨੇ ਬੁਲੀਆਂ ਤੇ ਝੂਠੇ ਹਾਸੇ, ਸਾਰਿਆਂ ਨੇ ਲਪੇਟ ਲਿਆ। ਹਾਏ ਧੋਖਾ ਹਰ ਪਾਸੇ, ਦਿਲਾਂ ਵਿੱਚ ਚੋਰ ਰੱਖਦੇ ਨੇ ਬੁਲੀਆਂ ਤੇ ਝੂਠੇ ਹਾਸੇ। ਵੀਡੀਓ ਲਾਜਵਾਬ ਨਹੀਂ ਹੈ, ਨਾਈਟ ਦਾ ਸਾਰਾ ਲੈ ਕੇ ਵਾਓ ਮੈਨ। ਹੋਰ ਮੁਹੱਬਤ ਕੀ ਹੁੰਦੀ, ਚੱਲਿਆ ਜੀ ਨੂੰ ਜੀ ਹੁੰਦੀ, ਹੋਰ ਮੁਹੱਬਤ
ਪਹਿਲੇ ਪਹਿਲੇ ਦੁਨੀਆਂ ਦੇ ਵਿੱਚ ਜਦੋਂ ਆਇਆ ਇਨਸਾਨ ਸੀ ਤੇ ਪਿਆਰ ਤੋਂ ਇਲਾਵਾ ਉਹਦੇ ਕੋਲ ਕੋਈ ਹੋਰ ਨਾ ਸਮਾਨ ਸੀ ਤੇ ਸੱਚੇ ਆਸ਼ਕਾਂ ਦੇ ਵਾਸਤੇ ਹੀ ਰੱਬ ਨੇ ਬਣਾਇਆ ਇਹ ਜਹਾਨ ਰਿਐਲਿਟੀ ਬੜਾ ਆਸ਼ਕਾਂ ਦਾ ਨਾਂ ਸੀ ਬੜਾ ਆਸ਼ਕਾਂ ਦਾ ਨਾਂ ਸੀ ਝੂਠੇ ਲੋਕ ਝੂਠੇ ਲਾ ਰਹੇ ਨੇ ਜਿਹਦਾ ਤਾਂ ਲੱਗੇ ਲਾ ਰਹੇ ਨੇ ਵਾਦੇ ਕਰ ਕਿਸੇ ਹੋਰ ਦੇ ਨਾ ਹੋਰ ਕਿਸੇ ਨਾ ਨਿਭਾ ਰਹੇ ਨੇ ਬੇਕਦਰਾਂ ਨਾ ਲਾ ਬੈਠੇ ਤਾਈਓ ਅੱਜ ਉਹ ਸਤਾ ਰਹੇ ਨੇ ਜੋ ਦੁਨੀਆਂ ਤੇ ਤੁਮਿਆ ਸੀ ਨਾ ਮਿੱਟੀ ਚ ਮਿਲਾ ਰਹੇ ਦੱਸ ਕੀ ਦੁਨੀਆਂ ਦਾਰੀ ਸ਼ੇ ਯਾਰ ਮੁਹੱਬਤ ਸਾਰੀ ਸ਼ੇ ਚਾਹਤ ਵਾਲੇ ਮਰ ਨਹੀਂ ਸਕਦੇ ਚਾਹਤ ਐਸੀ ਪਿਆਰੀ ਸ਼ੇ ਯਾਰ ਤੋਂ ਸਦਕੇ ਯਾਰ ਤੋਂ ਵਾਰੀ ਕਾਇਮ ਦਾਇਮ ਇਸ਼ਕ ਖੁਮਾਰੀ ਜਿੱਥੇ ਯਾਰ ਦੀ ਗੱਲ ਆ ਜਾਵੇ ਉੱਥੇ ਦੁਨੀਆਂ ਕੀ ਹੁੰਦੀ ਹੈ ਹੋਰ ਮੁਹੱਬਤ ਕੀ ਹੁੰਦੀ ਹੈ ਚੱਲਿਆ ਜੀ ਨੂੰ ਜੀ ਹੁੰਦੀ ਹੈ ਹੋਰ ਮੁਹੱਬਤ ਦੀ ਸੇਵਾ ਵੀ ਹੋ ਰਹੀ ਹੈ ਇਹ ਵੀ ਮੁਹੱਬਤ ਹੈ ਹੋਰ ਮੁਹੱਬਤ ਕੀ ਹੁੰਦੀ ਏ ਸਿਰਾ ਬਈ ਸਿਰਾ ਹਰ ਪਾਸੇ ਦਿਲਾਂ ਵਿੱਚ ਚੋਰ ਰੱਖਦੇ ਨੇ ਬੁਲੀਆਂ ਤੇ ਝੂਠੇ ਹਾਸੇ ਕੀ ਤਰੀਕੇ ਨਾਲ ਬਣਾਇਆ ਬਈ ਗਾਣਾ ਹਾਏ ਧੋਖਾ ਹਰ ਪਾਸੇ ਦਿਲਾਂ ਵਿੱਚ ਚੋਰ ਰੱਖਦੇ ਨੇ ਬੁਲੀਆਂ ਤੇ ਝੂਠੇ ਹਾਸੇ ਲੋ ਜੀ ਬਈ ਆ ਤੇ ਸੀ ਗਾਣਾ ਸੋ ਗਾਣਾ ਲਾਈਕ ਬਹੁਤ ਬਹੁਤ ਥੈਂਕ ਯੂ ਬਾਈ ਜਿਹੜੇ ਬੰਦੇ ਅੱਜ ਤੱਕ ਵੀਡੀਓ ਦੇਖ ਰਹੇ ਆ ਅਤੇ ਜਿਨ੍ਹਾਂ ਨੇ ਇਹ ਗਾਣਾ ਮੈਨੂੰ ਕਿਹਾ ਸੀ ਸੁਜੈਸਟ ਕੀਤਾ ਸੀ ਕਿ ਰਿਐਕਸ਼ਨ ਦਿਓ ਉਸ ਗਾਣੇ 'ਤੇ ਗਾਣਾ ਬੜਾ ਡੀਪ ਹੈ ਬਾਈ ਮੈਂ ਦੋ ਹਿੱਸਿਆਂ 'ਚ ਮੈਨੂੰ ਐਕਸਪਲੇਨ ਕਰਦਾ ਜਿਹਨੇ ਆਈ ਥਿੰਕ ਸਟਾਰ ਸ਼ਾਹ ਨੇ ਸ਼ੁਰੂ ਕੀਤਾ ਧੋਖਾ ਵਰਡ ਲੈ ਕੇ ਕਿ ਅੱਜ ਕੱਲ੍ਹ ਕੀ ਹੋ ਰਿਹਾ ਹੈ ਰਾਈਟ ਹਰ ਚੀਜ਼ 'ਚ ਧੋਖਾ ਕਰ ਰਿਹਾ ਹਰ ਬੰਦਾ ਧੋਖਾ ਕਰ ਰਿਹਾ ਨਾ ਕਿ ਕੁੜੀ ਮੁੰਡੇ ਦਾ ਪਿਆਰ ਇਨਸਾਨੀ ਤੌਰ 'ਤੇ ਵੀ ਹਰ ਜਗ੍ਹਾ ਧੋਖਾਧੜੀ ਹੈਗੀ ਹਰ ਜਗ੍ਹਾ ਆਪਣਾ ਫਾਇਦਾ ਦੇਖ ਕੇ ਸਭ ਨੂੰ ਪਿੱਛੇ ਲਾਇਆ ਜਾ ਰਿਹਾ ਥੱਲੇ ਲਾਇਆ ਜਾ ਰਿਹਾ ਦੂਜੀ ਸਾਈਡ ਤੋਂ ਬੰਦਾ ਆਇਆ ਉਹਨੇ ਜਿਹੜਾ ਆਈ ਥਿੰਕ ਜਸ਼ਨ ਅਲੀ ਹੈ ਸ਼ਾਇਦ ਰਾਈਟ ਉਹਨਾਂ ਨੇ ਇਹ ਐਕਸਪਲੇਨ ਕੀਤਾ ਹੈ ਕਿ ਪਹਿਲੇ ਵਾਲਾ ਪਿਆਰ ਸਿਰਫ ਪਿਆਰ ਹੁੰਦਾ ਸੀਗਾ ਉਹਦੇ 'ਚ ਸੌਦੇਬਾਜ਼ੀ ਨਹੀਂ ਹੁੰਦੀ ਸੀ ਉਹ ਚੀਜ਼ ਪਿਓਰ ਸੀ ਅੱਜ ਇਮਪਿਓਰ ਚੀਜ਼ ਹੈ ਹੁਣ ਫਿਰ ਦੋਨੋਂ ਆ ਕੇ ਇਕੱਠੇ ਆਪਣੇ ਸਾਹਮਣੇ ਹੋ ਗਏ ਫਿਰ ਦੋਨਾਂ ਨੇ ਆਪਣੀ ਆਪਣੀ ਗੱਲ ਬੋਲੀ ਕਿ ਹਾਂ ਬਈ ਆ ਇਹ ਚੀਜ਼ ਹੈ ਇਸ ਟਾਈਮ 'ਤੇ ਇਹ ਚੀਜ਼ ਸੀਗੀ ਦੋਨੇ ਰਜ਼ਾਮੰਦ ਹੋ ਕੇ ਬਚ ਉਹ ਆਪਣੀ ਸਾਈਡ ਗਿਆ ਉਹ ਸਾਈਡ ਗਿਆ ਸਟਾਰ ਸ਼ਾਹ ਨੇ ਅੜਦੇ ਅੜ 'ਚ ਫਿਰ ਉਹੀ ਚੀਜ਼ ਕਹੀ ਕਿ ਧੋਖਾ ਇਹ ਧੋਖਾ ਹੀ ਹੁੰਦਾ ਔਰ ਦੂਜੇ ਬਾਈ ਨੇ ਇਹ ਕਿਹਾ ਸੀ ਪਿਆਰ ਸਿਰਫ ਕੁੜੀ ਮੁੰਡੇ ਦਾ ਪਿਆਰ ਨਹੀਂ ਮਾਂ ਪਿਓ ਦਾ ਪਿਆਰ ਜੋ ਸੇਵਾ ਸੀ ਉਹ ਪਹਿਲੇ ਸੀਗੀ ਉਹ ਅੱਜ ਦੀ ਡੇਟ 'ਚ ਨਹੀਂ ਹੈਗੀ ਹੈ ਇਹ ਬਹੁਤ ਵੱਡੀ ਚੀਜ਼ ਹੈ ਸੋ ਜਿਹੜਾ ਓਰਿਜਨਲ ਚੀਜ਼ ਸੀ ਨਾ ਅੱਜ ਕੱਲ੍ਹ ਸਭ ਫੇਕ ਹੈ ਠੀਕ ਹੈ ਅਤੇ ਸਭ ਮਖੋਟੇ ਲਾਏ ਨੇ ਸਭ ਨੇ ਨਕਲੀ ਪਿਆਰ ਦੇ ਸੋ ਅਸਲੀ ਪਿਆਰ ਜੋ ਸੀ ਪਹਿਲੇ ਸੀਗਾ ਅਜੇ ਵੀ ਹੈਗਾ ਸਾਰੇ ਮੈਂ ਨਹੀਂ ਕਹਿੰਦਾ ਕਿ ਖਤਮ ਹੋ ਗਿਆ ਦੁਨੀਆਂ 'ਚੋਂ ਹੈਗਾ ਆ ਲੇਕਿਨ ਲੱਭਣਾ ਪੈਂਦਾ ਆ ਸੋ ਉਹ ਚੰਗੇ ਲੋਕ ਵੀ ਹੈਗੇ ਇਸ ਦੁਨੀਆਂ 'ਚ ਪੋਜ਼ਿਟਿਵ ਲੋਕ ਵੀ ਹੈਗੇ ਆ ਸੋ ਆਪਣੇ ਅੰਦਰ 'ਚ ਢੂੰਡੋ ਸਾਰੇ ਕਿ ਆਹ ਗਾਣਾ ਤੁਹਾਡੇ ਨਾਲ ਕਿੱਥੇ ਰਿਲੇਟ ਕਰਦਾ ਹੈ
ਸੋ ਆਈਏ ਅਸੀਂ ਮੇਰੀ ਰਿਐਕਸ਼ਨ ਅਗਰ ਚੰਗੀ ਲੱਗੀ ਤਾਂ ਪਲੀਜ਼ ਲਾਜ਼ਮੀ ਲਾਈਕ ਕਰਕੇ ਜਾਣਾ ਅਤੇ ਪਿਆਰਾ ਜਿਹਾ ਕਮੈਂਟ ਕਰਨਾ। ਮੈਂ ਹਰ ਕਿਸੇ ਦਾ ਕਮੈਂਟ ਜ਼ਰੂਰ ਪੜ੍ਹਦਾ, ਮੈਂ ਪਿਛਲੇ ਵੀਡੀਓ ਤੋਂ ਵੀ ਸਾਰੇ ਪੜ੍ਹ ਕੇ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਅਗਰ ਕਿਸੇ ਦਾ ਮੈਂ ਨਹੀਂ ਦੇ ਪਾਇਆ ਤਾਂ ਮਾਜ਼ਰਤ ਹੈ। ਆਉਣ ਵਾਲੀ ਵੀਡੀਓ 'ਚ ਮੈਂ ਫਿਰ ਦੁਬਾਰਾ ਦੇਖਾਂਗਾ ਸਾਰਿਆਂ ਦਾ ਕਮੈਂਟ ਨੂੰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ, ਔਰ ਜਿਹੜਾ ਰਹਿ ਗਿਆ ਉਹਨਾਂ ਨੂੰ ਵੀ ਮੈਂ ਦੁਬਾਰਾ ਰਿਪਲਾਈ ਕਰਾਂਗਾ। ਅਤੇ ਮੇਰੇ ਚੈਨਲ 'ਤੇ ਹੋਰ ਵੀ ਵੀਡੀਓਜ਼ ਹੈਗੀ, ਉਹ ਦੂਸਰੇ ਕੀ ਕਹਿੰਦੇ ਸਿੰਗਰਾਂ ਦੀਆਂ ਅਤੇ ਹੋਰ ਵੀ ਇੰਟਰਸਟਿੰਗ ਫੈਕਟਸ ਦੀਆਂ, ਜਾ ਕੇ ਜ਼ਰੂਰ ਲਾਜ਼ਮੀ ਚੈੱਕ ਕਰੋ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਟਿਲ ਦੈਨ। ਹਾਂ, ਉਸ ਤੋਂ ਪਹਿਲੇ ਦੱਸ ਕੇ ਜਾਣਾ ਅਗਲੀ ਕਿਹੜੀ ਵੀਡੀਓ ਡਾਇਰੈਕਸ਼ਨ ਦਾ ਵਾ। ਮਿਲਦੇ ਹਾਂ ਕਿਸੇ ਵੀਡੀਓ ਟਿਲ ਦੈਨ, ਬਾਏ ਬਾਏ ਗਾਇਜ਼।